ਦੋਸਤੋ, ਅੱਜ ਇੱਕ ਵਾਰ ਫਿਰ ਅਸੀਂ ਪਹੁੰਚੇ ਹਾਂ ਇਨਾਮੀ ਬਾਗ, ਜ਼ਿਲ੍ਹਾ ਹੁਸ਼ਿਆਰਪੁਰ। ਅਤੇ ਇਹ ਇਨਾਮੀ ਬਾਗ ਹੈ ਪਿੰਡ ਬੱਸੀ ਉਮਰ ਖਾਂ, ਤਹਿਸੀਲ ਅਤੇ ਜ਼ਿਲ੍ਹਾ ਹੁਸ਼ਿਆਰਪੁਰ, ਹਰਿਆਣਾ ਕਸਬਾ ਦੇ ਬਿਲਕੁਲ ਨੇੜੇ। ਪਿੰਡ ਬੱਸੀ ਉਮਰ ਖਾਂ ਅਤੇ ਬੱਸੀ ਉਮਰ ਖਾਂ ਪਿੰਡ ਦੇ ਰਕਬੇ ਵਿੱਚ ਇਹ ਬਾਗ ਸਥਿਤ ਹੈ, ਇਨਾਮੀ ਬਾਗ। ਅਤੇ ਅੱਜ ਸਾਵਣ ਦੀ 2 ਤਰੀਕ ਅਤੇ 17 ਜੁਲਾਈ, ਜਦੋਂ ਹੀ ਸਾਉਣ ਦਾ ਮਹੀਨਾ ਚੜ੍ਹਦਾ ਹੈ ਤਾਂ ਇਸ ਬਾਗ ਦੇ ਅੰਬ ਚੇਤੇ ਆ ਜਾਂਦੇ ਹਨ। ਦੱਸਦੇ ਹਨ ਕਿ ਇਸ ਬਾਗ ਦੇ ਅੰਬ ਬਹੁਤ ਹੀ ਸਵਾਦੀ ਹੁੰਦੇ ਹਨ ਔਰ ਕਿਸਮੀ ਹੁੰਦੇ ਹਨ। ਇਹ ਦੇਖੋ ਜੀ, ਕਿੰਨੀਆਂ ਕਿਸਮਾਂ ਹਨ, ਸੰਧੂਰੀ ਹੀ ਕਈ ਕਿਸਮਾਂ ਹਨ। ਅਤੇ ਹੋਰ ਵੀ ਪਹਿਲੀ ਵਾਰ ਇੱਥੇ ਆ ਕੇ ਇਹਨਾਂ ਕਿਸਮਾਂ ਦੇ ਨਾਮ ਹੀ ਸੁਣੇ ਗਏ ਹਨ। ਦੱਸਿਆ ਜਾਂਦਾ ਹੈ ਕਿ ਇਸ ਬਾਗ ਦੇ ਅੰਬ ਬ੍ਰਿਟਿਸ਼ ਹਕੂਮਤ ਦੇ ਦੌਰਾਨ ਪਹਿਲੇ ਨੰਬਰ 'ਤੇ ਆਉਂਦੇ ਰਹੇ ਇਨਾਮ ਦੇ ਪੱਖੋਂ। ਇਹ ਦੇਖੋ, ਕੁਛ ਅੰਬਾਂ ਦੇ ਸ਼ੌਕੀਨ ਆਏ ਹੋਏ ਹਨ, ਅੰਬ ਚੂਪਣਗੇ ਵੀ ਅਤੇ ਨਾਲ ਲੈ ਕੇ ਵੀ ਜਾਣਗੇ। ਅਤੇ ਬਹੁਤ ਹੀ ਵਡੇਰੀ ਉਮਰ ਦੇ ਅੰਬ ਹਨ, 200 ਸਾਲ ਪੁਰਾਣੇ, ਯਾਨੀ ਕਿ 2 ਸਦੀਆਂ ਪੁਰਾਣੇ ਇਹ ਅੰਬ ਹਨ। ਮੁਗਲ ਕਾਲ ਵੇਲੇ ਇੱਥੇ ਇਹ ਬਾਗ ਲਗਾਇਆ ਗਿਆ ਸੀ। ਇਸ ਬਾਗ ਦੇ ਰਕਬੇ ਵਿੱਚੋਂ ਹੁਣ ਇੱਕ ਨਹਿਰ ਗੁਜ਼ਰਦੀ ਹੈ। ਇਹ ਨਹਿਰ 1990 ਤੋਂ ਬਾਅਦ ਹੋਂਦ ਵਿੱਚ ਆਈ, ਪਹਿਲਾਂ ਨਹਿਰ ਨਹੀਂ ਸੀ ਹੁੰਦੀ, ਲੇਕਿਨ 1990 ਤੋਂ ਬਾਅਦ ਇਸ ਤੋਂ ਨਹਿਰ ਕੱਢੀ ਗਈ ਔਰ ਬਾਗ ਨੂੰ 2 ਹਿੱਸਿਆਂ ਵਿੱਚ ਕਰਤਾ। ਆਹ ਦੇਖੋ ਜੀ, ਇਹਦੇ ਪਾਰ ਵੀ ਬਾਗ ਹੈ ਅਤੇ ਆਰ ਵੀ ਬਾਗ, ਵਿਚਕਾਰੋਂ ਨਹਿਰ ਨਿਕਲ ਗਈ ਹੈ। ਅਤੇ ਇਸ ਬਾਗ ਦੇ ਅੰਬ ਪੰਜੌਰ ਗਾਰਡਨ ਚੰਡੀਗੜ੍ਹ ਦੇ ਲਾਗੇ ਮੈਂਗੋ ਫੈਸਟੀਵਲ ਲੱਗਦਾ ਹੈ ਲਗਭਗ 2 ਸਾਉਣ ਨੂੰ, ਅਤੇ ਉੱਥੇ ਵੀ ਇਸ ਬਾਗ ਦੇ ਹੀ ਅੰਬ ਜਾਂਦੇ ਸਨ। ਅਤੇ ਇਹ ਦੇਖੋ ਤਣਾ, ਕਿੰਨੇ ਪੁਰਾਣੇ ਬੂਟੇ ਹਨ, ਥੋੜ੍ਹੀ ਬੜੇ ਪੁਰਾਣੇ ਬੂਟੇ ਹਨ। ਸੋ ਅੰਗਰੇਜ਼ ਹਕੂਮਤ ਵੇਲੇ ਸ਼ਿਮਲਾ ਕਸੌਲੀ ਤੋਂ ਅੰਗਰੇਜ਼ ਆਉਂਦੇ ਅਤੇ ਮੈਂਗੋ ਫੈਸਟੀਵਲ ਵਿੱਚ ਭਾਗ ਲੈਂਦੇ ਅਤੇ ਇਸ ਇਨਾਮੀ ਬਾਗ ਨੂੰ ਪਹਿਲੇ ਨੰਬਰ 'ਤੇ ਚੁਣਿਆ ਜਾਂਦਾ। ਇੱਥੋਂ ਦੇ ਅੰਬ ਦਾ ਸਵਾਦ ਅਤੇ ਉਹਦੀ ਦਿੱਖ, ਉਹਦੀ ਖੂਬਸੂਰਤੀ, ਉਹ ਸਾਰਿਆਂ ਨੂੰ ਭਾਉਂਦੀ ਅਤੇ ਬਹੁਤ ਹੀ ਵਧੀਆ ਕਿਸਮ ਦੇ ਅੰਬ ਇੱਥੋਂ ਹੀ ਜਾਂਦੇ ਸਨ। ਆਹ ਦੇਖੋ ਤਣੇ, ਬਹੁਤ ਹੀ ਪੁਰਾਣਾ ਇਹ ਬਾਗ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਬਹੁਤ ਵਧੀਆ, ਠੀਕ ਹੈ ਜੀ। ਅੱਛਾ, ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਮੇਰਾ ਨਾਮ ਗੁਰਪ੍ਰੀਤ ਸਿੰਘ ਜੀ। ਅੱਛਾ, ਹਾਂਜੀ, ਪਿੰਡ ਦਾ ਹੀ ਆ ਜੀ, ਬੱਸੀ ਉਮਰ ਖਾਂ। ਬੱਸੀ ਉਮਰ ਖਾਂ, ਹਾਂਜੀ। ਤੁਸੀਂ ਠੇਕਾ ਲਿਆ ਹੋਇਆ ਬਾਗ ਦਾ? ਹਾਂਜੀ ਹਾਂਜੀ, ਇਹ ਸਾਡੇ ਕੋਲ ਚੱਲਦਾ, ਦੇਖ ਰੇਖ ਅਸੀਂ ਕਰੀ ਦੀ ਭਾਜੀ ਇਹਦੀ। ਠੀਕ ਹੈ, ਹਾਂਜੀ ਹਾਂਜੀ ਹਾਂਜੀ। ਕਦ ਤੋਂ ਕਰ ਰਹੇ? ਸਾਨੂੰ ਮੈਡਮ ਸਤਵੰਤ ਕੌਰ ਜੀ ਇੰਗਲੈਂਡ ਬਾਹਰ ਨੇ, ਹਾਂਜੀ, ਉਹ ਦੇ ਜਾਂਦੇ ਆ ਇਦਾਂ ਹੀ ਕਰਕੇ। ਅੱਛਾ, ਮਾਲਕ ਸਤਵੰਤ ਕੌਰ ਜੀ ਨੇ? ਹਾਂਜੀ ਮੈਮ, ਸਤਵੰਤ ਕੌਰ ਮੈਡਮ। ਕਿਹੜੇ ਪਿੰਡ ਤੋਂ ਜੀ? ਇਹ ਮਾਲਪੁਰ ਲਾਗੇ ਪਿੰਡ ਆ ਜੀ ਉਹਨਾਂ ਦਾ। ਮੈਨੂੰ ਪਿੰਡ ਦਾ ਨਾਮ ਯਾਦ ਸੀਗਾ, ਇੰਨਾ ਲਿਆ ਨਹੀਂ ਰਿਹਾ। ਅੱਛਾ ਜੀ, ਹਾਂਜੀ, ਬੈਠੇ ਇਸ ਵੇਲੇ ਇੰਗਲੈਂਡ 'ਚ ਨੇ ਜੀ ਉਹ। ਠੀਕ, ਉਹਨਾਂ ਦੀ ਮਾਲਕੀ ਸੀ ਸਾਰੀ? ਹਾਂਜੀ, ਉਹਨਾਂ ਦੀ ਮਾਲਕੀ ਆ ਜੀ, ਆਪਣੀ ਇੱਥੇ 11-12 ਕਿੱਲਿਆਂ ਦੀ ਮਾਲਕੀ ਆ ਉਹਨਾਂ ਦੀ। ਠੀਕ ਹੈ, ਹਾਂਜੀ ਹਾਂਜੀ। ਇਹ ਜਿਹੜਾ ਬਾਗ ਹੈ ਇਹ ਤੇ ਕਿਸੇ ਮੁਸਲਮਾਨ ਦਾ ਸੀ 1947 ਤੋਂ ਪਹਿਲਾਂ, ਹਾਂਜੀ, ਚੌਧਰੀਆਂ ਦਾ, ਬੱਸੀ ਉਮਰ ਖਾਨ ਦੇ ਚੌਧਰੀ ਜੀ ਜੀ। ਤੇ ਇਹ ਫਿਰ ਇਹਨਾਂ ਨੂੰ ਟ੍ਰਾਂਸਫਰ ਹੋ ਗਿਆ ਜੀ,
ਉਹ ਫਿਰ ਉਹ ਚਲ ਗਿਆ ਜੀ ਉੱਧਰ ਪਾਕਿਸਤਾਨ 'ਚ। ਹਾਂਜੀ। ਅਤੇ ਇਹ ਫਿਰ ਜਦੋਂ ਮੈਡਮ ਸਤਵੰਤ ਕੌਰ ਹੋਣਾ ਜੀ ਦੇ ਪੁਰਖੇ ਇੱਧਰ ਆਏ ਆ, ਹਾਂਜੀ, ਉਹ ਇੱਧਰ ਆ ਕੇ ਫਿਰ ਇਹ ਵਾਲੀ ਜ਼ਮੀਨ ਉਹਨਾਂ ਨੂੰ ਅਲਾਟ ਹੋ ਗਈ ਜੀ। ਠੀਕ ਹੈ। ਹਾਂਜੀ ਹਾਂਜੀ, ਅੱਛਾ, ਉਹਨਾਂ ਅਲਾਟ ਹੋਈ ਹੈ ਪਾਕਿਸਤਾਨ ਤੋਂ ਆ ਕੇ। ਜੀ ਜੀ, ਮਾਲਕੀ ਆ ਜੀ ਉਹਨਾਂ ਦੀ ਆਪਣੀ। ਹਾਂਜੀ, ਅੱਛਾ ਜੀ, ਠੀਕ ਹੈ। ਤੁਸੀਂ ਠੇਕਾ ਲੈਂਦੇ ਉਹਨਾਂ ਕੋਲੋਂ? ਕਿੰਨੇ ਬੂਟੇ ਨੇ ਕੁੱਲ ਇੱਥੇ? ਇੱਥੇ ਭਾਜੀ 200 ਤੋਂ ਉੱਤੇ ਬੂਟਾ ਜੀ, ਜਿੰਨੇ ਬੂਟੇ ਉਨੀਆਂ ਵਰਾਇਟੀਆਂ ਜੀ। ਅੱਛਾ ਜੀ। ਹਾਂਜੀ ਹਾਂਜੀ, ਸਾਰੇ ਬੂਟਿਆਂ ਦੀ ਵੱਖਰੀ ਵੱਖਰੀ ਵਰਾਇਟੀ ਹੈ ਜੀ, ਬਹੁਤ ਸਾਰੀ ਵਰਾਇਟੀ ਹੈ ਜੀ ਜੀ। ਇਹ ਵੰਡ 47 ਤੋਂ ਪਹਿਲਾਂ ਅੰਗਰੇਜ਼ ਹਕੂਮਤ ਵੇਲੇ ਇੱਥੇ ਦਾ ਅੰਬ ਜਿਹੜਾ ਉਹ ਮੇਲੇ 'ਚ ਲੱਗਦਾ। ਪੰਜੌਰ ਗਾਰਡਨ, ਬਿਲਕੁਲ ਬਿਲਕੁਲ, ਪੰਜੌਰ ਗਾਰਡਨ, ਉੱਥੇ ਮੇਲੇ 'ਚ ਇਹਦੀ ਵਰਾਇਟੀ ਜਾਂਦੀ ਸੀ ਅਤੇ ਨਾਮ ਜਿੱਤਦੇ ਰਹੇ ਨੇ। ਹਾਂਜੀ, ਕੱਲ੍ਹ ਵੀ ਭਾਜੀ ਗਈ ਸਾਡੀ ਗੰਗੀਆਂ ਬਾਜਵੇ, ਉੱਥੋਂ ਵੀ ਸਨਮਾਨ ਸਾਨੂੰ ਮਿਲਿਆ ਕੱਲ੍ਹ। ਅੱਛਾ ਜੀ। ਅੰਬਾਂ ਦੀ ਵਰਾਇਟੀ ਜਿੰਨੀ ਸਾਡੇ ਇੱਥੇ ਆ, ਇਹਦੇ ਨਾਲ ਦਾ ਅੰਬ ਭਾਜੀ ਪੂਰੇ ਹਿੰਦੁਸਤਾਨ 'ਚ ਕੀ ਪੂਰੇ ਵਰਲਡ 'ਚ ਨਹੀਂ ਮਿਲਦਾ, ਇਹਦੇ ਨਾਲ ਦਾ ਅੰਬ। ਵਰਾਇਟੀਆਂ ਬਹੁਤ ਆ, ਤੁਸੀਂ ਇੱਕ ਵਾਰੀ ਦਿਖਾਓ ਤਾਂ ਸਹੀ, ਵੱਖਰੀ ਵੱਖਰੀ ਵਰਾਇਟੀ ਆ, ਸੰਧੂਰੀ, ਆੜੂ, ਛੱਲੀ, ਸਾਰੀਆਂ ਵਰਾਇਟੀਆਂ ਵੱਖਰੀਆਂ ਵੱਖਰੀਆਂ ਜੀ। ਹਾਂਜੀ, ਵਰਾਇਟੀ ਕਰਕੇ ਹੀ ਨਾਮ ਜਿੱਤਦਾ ਰਿਹਾ ਬਾਗ। ਜੀ ਜੀ, ਬਿਲਕੁਲ ਬਿਲਕੁਲ ਭਾਜੀ, ਠੀਕ ਵਰਾਇਟੀ। ਅੱਛਾ, ਸਾਨੂੰ ਦੱਸ ਦਿਓ ਕਿ ਕਿਹੜੀ ਕਿਹੜੀ ਵਰਾਇਟੀ ਅੰਬਾਂ ਦੀ, ਦੱਸੇ ਰੋਂਗਲ ਲਾ ਕੇ ਜਾ ਕਿਹੜੀ ਕਿਹੜੀ। ਆੜੂ ਅੰਬ ਪਿਆ ਜੀ। ਕਿਹੜਾ? ਆਹ ਵਾਲਾ ਆੜੂ ਆ ਜੀ, ਆੜੂ ਅੰਬ। ਹਾਂਜੀ ਜੀ। ਆਹ ਪਤਾਸਾ ਆ ਗਿਆ ਜੀ, ਪਤਾਸਾ ਅੰਬ। ਉਹ ਚਿਤਰੀ ਆ ਗਿਆ ਜੀ। ਅੱਛਾ। ਆਹ ਸੰਧੂਰੀ ਆ ਗਿਆ ਜੀ। ਅੱਛਾ ਜੀ, ਸੰਧੂਰੀ ਆ ਜੀ। ਅੱਛਾ, ਛੱਲੀ ਵੀ ਹੈ? ਹਾਂਜੀ ਹਾਂਜੀ, ਆਹ ਸੰਧੂਰੀ ਆ ਜੀ। ਠੀਕ ਹੈ। ਆਹ ਫਿਰ ਦੋਨੇ ਸੰਧੂਰੀ ਜੀ ਲੱਗੇ ਹੋਆ ਜੀ। ਆਹ ਲੱਡੂ ਆ ਜੀ। ਅੱਛਾ, ਲੱਡੂ ਅੰਬ ਵੀ ਹੈ? ਬਿਲਕੁਲ ਗੋਲ ਲੱਡੂ ਵਰਗਾ, ਬਿਲਕੁਲ ਲੱਡੂ ਸਾਈਜ਼ ਪੱਖੋਂ ਤਾਂ ਟੇਸਟ ਹੈ, ਬਿਲਕੁਲ ਮਿੱਠਾ ਸ਼ਹਿਦ ਵਰਗਾ ਜੀ। ਅੱਛਾ। ਹਾਂਜੀ ਹਾਂਜੀ। ਹੋਰ ਹੋਰ ਦੇਖੋ ਜੀ, ਉਹ ਗੁਰਜਾ ਸੌਫੀ ਜੀ। ਅੱਛਾ। ਹਾਂਜੀ, ਉਹ ਵੱਡਾ ਲੱਡੂ ਆ ਗਿਆ ਜੀ। ਫਿਰ ਉਹ ਲੰਬੀ ਅੰਬੀ ਤੋਤਾਪਰੀ ਦੀ ਅੰਬੀ ਹੈ ਜੀ। ਅੱਛਾ, ਤੋਤਾਪਰੀ ਵਾਲੀ ਲੰਬੀ ਅੰਬੀ, ਜਿਹੜੀ ਤੋਤਾਪਰੀ ਅੰਬ ਚੱਲਦਾ ਉਹਦੇ ਨਾਲ ਦੀ। ਹਾਂਜੀ ਹਾਂਜੀ, ਇਹ ਅੰਬੀ ਹੈ ਜੀ, ਤੋਤਾਪਰੀ ਵੈਰਾਇਟੀ ਦੀ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਆਹ ਸਫੇਦੇ ਦਾ ਜੀ। ਅੱਛਾ। ਹਾਂਜੀ ਹਾਂਜੀ, ਆਹ ਗੋਲੀ ਹੈ ਜੀ, ਮਿੱਠੀ ਗੋਲੀ, ਸ਼ਹਿਦ ਦੀ ਕੁੱਕੀ ਕਹਿ ਦਿੰਦੇ ਆ ਇਹਨੂੰ। ਹਾਂ ਅੱਛਾ। ਹਾਂਜੀ, ਇਹ ਬੂਟੇ ਜਿਹੜੇ ਨੇ 47 ਤੋਂ ਪਹਿਲਾਂ ਅਸੀਂ ਕਰਦੇ ਨੇ, ਹੈਨਾ, ਪੁਰਾਣੇ ਬੂਟੇ ਨੇ, ਟਾਈਮ ਤੋਂ ਵੀ ਪਹਿਲਾਂ ਦੇ ਆ ਜੀ ਇਹ। ਹਾਂ ਅੱਛਾ, ਬਹੁਤ ਬਹੁਤ ਪੁਰਾਣੇ ਬੂਟੇ। ਆ ਵੀ ਸੰਧੂਰੀ ਲੱਗਾ ਜੀ, ਇਹ ਛੋਟੀ ਸੰਧੂਰੀ। ਠੀਕ ਹੈ। ਤੋਤਾਪਰੀ ਆ ਜੀ ਇਹ ਅੰਬ ਇਨਾਮ ਜਿੱਤਦੇ ਰਹੇ ਹੈ ਜੀ। ਹਾਂਜੀ ਹਾਂਜੀ, ਨਾਮੀ ਬਾਗ ਬੱਸੀ ਉਮਰ ਖਾਂ। ਹਾਂਜੀ ਹਾਂਜੀ, ਜ਼ਿਲ੍ਹਾ ਹੁਸ਼ਿਆਰਪੁਰ। ਪੀਲਾ ਪਤਾਸਾ ਆ ਜੀ, ਪੀਲਾ ਪਤਾਸਾ। ਹਾਂਜੀ ਹਾਂਜੀ। ਅੱਛਾ ਜੀ, ਪਤਾਸੇ ਵਰਗਾ ਸਹਿਜ ਹੈ। ਵਾਹ ਜੀ ਵਾਹ, ਸੋਹਣਾ ਹੀ ਬੜਾ ਆ ਤਾਂ। ਹਾਂਜੀ ਹਾਂਜੀ, ਇਹ ਬਿਲਕੁਲ ਪਤਾਸੇ ਵਰਗਾ ਹੀ ਹੈ ਜੀ। ਠੀਕ ਹੈ। ਪੀਲਾ ਪਤਾਸਾ ਕਹਿੰਦੇ ਆ, ਦੇਖੋ ਆ ਕਾਲਾ ਪਤਾਸੇ ਦਾ ਵੀ। ਇਹਦਾ ਵੀ ਦੇਖੋ ਬਿਲਕੁਲ ਸਹਿਜ ਤੇ ਪਤਾਸੇ, ਇਹਦਾ ਸਾਈਜ਼ ਪਤਾਸੇ ਵਰਗਾ ਹੈ। ਠੀਕ ਹੈ। ਤਾਂ ਪਤਾਸਾ ਕਹਿੰਦੇ ਨੇ। ਤੇ ਜਿਹੜੇ ਹੁਣ ਬੂਟੇ ਕੁਛ ਅੰਬ ਲੱਗੇ ਨਹੀਂ ਹੋਏ ਇਸ ਵਾਰ, ਫਲ ਘੱਟ ਲੱਗਾ? ਹਾਂਜੀ ਭਾਜੀ, ਉਹੀ 10-12 ਬੂਟਿਆਂ ਨੂੰ ਹੱਦ 14 ਹੋਣਗੇ, ਥੋੜਾ ਥੋੜਾ ਫਲ ਲੱਗਾ ਆ ਵਿੱਚ, ਹੈਗੇ ਆ 5-6 ਬੂਟੇ ਜਿਹੜੇ ਭਰੇ ਪਏ ਆ ਅਸੀਂ ਬੰਨੀ ਗੱਲ, ਤੇ ਬਾਕੀ ਫਲ ਇਸ ਵਾਰੀ ਥੋੜਾ ਮਾਰ ਮੌਸਮ ਦੀ ਕਹਿ ਲਓ। ਦੂਸਰਾ, ਬੂਟੇ ਵੀ ਵਡੇਰੀ ਉਮਰ ਦੇ ਹੋ ਗਏ ਨੇ। ਹਾਂਜੀ। ਕਿੰਨੇ ਕੁ ਸਾਲ ਪੁਰਾਣਾ ਹੋਏਗਾ ਇਹ ਬਾਗ? ਇਹ 250 ਸਾਲ ਤੋਂ ਪੁਰਾਣਾ ਹੀ ਆ ਜੀ ਬਾਗ, ਅੰਗਰੇਜ਼ ਰਾਜ ਕਰ ਗਿਆ 1.5 ਸਾਲ, ਉਸ ਤੋਂ ਬਾਅਦ ਆਜ਼ਾਦ ਭਾਰਤ ਹੋਏ ਨੂੰ 70-75 ਸਾਲ ਹੋ ਗਿਆ ਜੀ, ਉਸ ਤੋਂ ਵੀ ਪਹਿਲਾਂ ਦਾ ਮੁਸਲਮਾਨਾਂ ਦਾ ਜਦੋਂ ਰਾਜ ਸੀ ਉਦੋਂ ਦਾ ਬਾਗ ਆ ਜੀ ਇਹ। ਠੀਕ ਹੈ। ਇਹ ਪਿੰਡ ਸੀ ਬੱਸੀ ਉਮਰ ਖਾਨ ਦੀ? ਹਾਂਜੀ। ਤੇ 1947 ਵੇਲੇ ਚੌਧਰੀ ਕੌਣ ਸੀ ਜਿਹਦਾ ਇਹ ਬਾਗ ਸੀ? ਇਹ
ਸ਼ਾਹ ਮੁਹੰਮਦ ਹੁਸੈਨ ਨਾਮ ਦੇ ਸੀਗੇ, ਉਹ ਇਸ ਵੇਲੇ ਪਾਕ ਪਟਨ ਚ ਬੈਠੇ ਆ ਜੀ। ਹਾਂਜੀ, ਉਹਨਾਂ ਨੇ ਇੱਥੋਂ ਫਿਰ ਬਾਗ ਤਿਆਰ ਕਰਵਾਇਆ ਜੀ, ਕਲਮਾ ਲੈ ਕੇ ਗਏ ਨੇ। ਹਾਂਜੀ ਹਾਂਜੀ, ਉੱਥੇ ਬਾਗ ਤਿਆਰ ਆ ਪਾਕਿਸਤਾਨ ਚ। ਜੀ ਜੀ ਜੀ, ਹਾਂਜੀ ਹਾਂਜੀ, ਉਹ ਵੀ ਬਾਗ। ਹਾਂਜੀ, ਉਹ ਵੀ ਦੇਖਣ ਯੋਗ ਬਾਗ ਹੈ ਜੀ। ਬਿਲਕੁਲ ਬਿਲਕੁਲ ਜੀ, ਠੀਕ ਹੈ ਜੀ। ਸਭ ਤੋਂ ਵਧੀਆ ਅੰਬ ਇੱਥੋਂ ਇਸ ਬਾਗ ਵਿੱਚੋਂ ਕਿਹੜੇ ਬੂਟੇ ਦਾ ਅੰਬ ਹੈ ਇਹ ਜੀ? ਜਿਹੜਾ ਸਭ ਤੋਂ ਪਹਿਲਾਂ ਉਦੋਂ ਮੁਸਲਮਾਨਾਂ ਦੇ ਤਾਂ ਅੰਗਰੇਜ਼ਾਂ ਦੇ ਟਾਈਮ ਚ, ਹਾਂਜੀ ਉਸ ਟਾਈਮ ਦੀ ਕਹਿ ਸਕਦੇ ਗੱਲ, ਇਨਾਮੀ ਅੰਬ ਆ ਜੀ। ਇਨਾਮੀ ਅੰਬ, ਉਹਨੂੰ ਸਭ ਤੋਂ ਪਹਿਲਾਂ ਉਹਨੂੰ ਇਨਾਮ ਮਿਲਿਆ ਜੀ। ਕਿਹੜਾ ਬੂਟਾ ਹੈ ਵਿਖਾਓਗੇ? ਹਾਂਜੀ ਬਿਲਕੁਲ ਭਾਜੀ, ਆ ਜਾਓ ਵਿਖਾਓ, ਆ ਜਾਓ ਜੀ। ਅੱਛਾ ਜੀ, ਇਹ ਇਹ ਇਨਾਮੀ ਬੂਟਾ ਰਿਹਾ? ਇਹ ਇਨਾਮੀ ਬੂਟਾ ਇਹ ਆ ਜੀ। ਅੱਛਾ ਜੀ, ਬਹੁਤ ਜ਼ਿਆਦਾ ਸਵਾਦੀ ਹੈ ਬਹੁਤ। ਮੈਂ ਕਹਿੰਦਾ ਇਹਦਾ ਸਾਈਜ਼ ਪੱਖੋਂ, ਰੰਗ ਪੱਖੋਂ ਤੇ ਖਾਣ ਪੱਖੋਂ ਮੈਂ ਕਹਿੰਦਾ ਇੰਨੇ ਟੌਪ ਦਾ ਤਾਂ ਜੀ ਇਹ ਬਣ। ਅੱਛਾ ਜੀ, ਇਹ ਬਣ ਇਹ ਠੀਕ, ਮਤਲਬ ਗਿਟਕ ਵੀ ਬੰਦਾ ਖਾਂਦਾ ਹੋਵੇ ਨਾ ਉਹ ਵੀ ਨਹੀਂ ਛੱਡਦਾ ਜਿੰਨਾ ਚਿਰ ਚਿੱਟੀ, ਜਿੱਦਾਂ ਪੁਰਾਣੇ ਬੁੜੇ ਕਹਿੰਦੇ ਹੁੰਦੇ ਸੀ ਚਿੱਟੀ ਗਿਟਕ ਕਰਕੇ ਚੰਗਾ ਰੋਸਾ ਕੱਢ ਕੇ ਗਿਟਕ ਛੱਡਦੇ। ਇਹ ਤਾਂ ਜਿਹੜਾ ਨਹੀਂ ਵੀ ਖਾਣ ਦਾ ਸ਼ੌਕੀਨ ਜੀ ਉਹ ਵੀ ਨਹੀਂ ਗਿਟਕ ਛੱਡਦਾ। ਵਾਹ ਜੀ ਵਾਹ। ਹਾਂਜੀ, ਇਸ ਵਾਰ ਲੱਗੇ ਇਹਨੂੰ? ਇਨਾਮ ਲੈਂਦਾ ਰਿਹਾ ਸਭ ਤੋਂ ਜ਼ਿਆਦਾ ਇਹ ਬੂਟਾ। ਹਾਂਜੀ, ਇਹਨੂੰ ਲੱਗੇ ਨੀ ਭਾਜੀ ਇਸ ਵਾਰੀ, ਦੋ ਚਾਰ ਦਾਣੇ ਆ ਕਿਤੇ ਕਿਤੇ ਉੱਪਰ ਲੱਗੇ। ਠੀਕ ਹੈ, ਹਾਂਜੀ ਹਾਂਜੀ, ਹੈ ਨੀ ਜੀ ਕੋਈ ਦਿੱਕਤ, ਬਾਕੀ ਦੇਖ ਲੈਂਦੇ। ਅੱਛਾ ਜੀ, ਚਲੋ ਦੇਖ ਲੈਂਦੇ ਆ। ਇਹ ਜਾਮਣ ਵੀ ਹੈ? ਹਾਂਜੀ, ਵਾਹ, ਜਾਮਣਾਂ ਵਿੱਚ ਹੈਗੇ ਨੀ ਪੰਛੀਆਂ ਨੇ ਕਿਤੇ ਜਿੱਦਾਂ ਨਾ ਮਲ ਕਰਕੇ ਇੱਥੇ ਉਸ ਹਿਸਾਬ ਨਾਲ ਆਈ ਉਹ ਅੰਬਾਂ ਦੀ ਠੀਕ ਗਿਟਕ ਆਈ ਇੱਥੇ। ਹਾਂਜੀ, ਗਿਟਕ ਪਹੁੰਚ ਗਈ ਆ। ਵਾਹ ਜੀ ਵਾਹ। ਹਾਂਜੀ, ਬਾਕੀ ਵਰਾਈਟੀਆਂ ਬਹੁਤ। ਰਕਬਾ ਕਿੰਨਾ ਕੁ ਹੈ ਬਾਗ ਦਾ? ਇਸ ਬਾਗ ਦਾ ਜਿਹੜਾ ਪੂਰਾ ਰਕਬਾ ਉਹ ਤਾਂ 15-16 ਕਿੱਲਿਆਂ ਦੇ ਕਰੀਬ ਆ ਜੀ। ਅੱਛਾ ਜੀ, ਹਾਂਜੀ ਹਾਂਜੀ ਹਾਂਜੀ, ਵਿਚਕਾਰੋਂ ਹੁਣ ਨਹਿਰ ਨਿਕਲ ਗਈ ਹੈ। ਨਹਿਰ ਵੀ ਆ ਜੀ, 2.5-3 ਕਿੱਲਿਆਂ ਦੇ ਲਾਗੇ ਨਹਿਰ ਚ ਵੀ ਆ ਗਿਆ ਜੀ ਥਾਂ। ਹਾਂ, ਇਸ ਤੋਂ ਨਹਿਰੋਂ ਪਾਰ ਬੂਟੇ ਵੀ ਤੁਹਾਡੇ ਕੋਲ ਨੇ? ਹਾਂਜੀ ਹਾਂਜੀ, ਉਹ ਵੀ ਭਾਜੀ ਸਾਡੇ ਨਾਮੀ ਬਾਗ ਦੇ ਬਜਦੇ ਜੀ ਉਹ ਬੂਟੇ। ਠੀਕ ਹੈ ਜੀ ਜੀ, ਤੁਸੀਂ ਠੇਕੇ ਤੇ ਲੈਂਦੇ ਹਰ ਸਾਲ ਹੈ? ਹਾਂਜੀ, ਇਹ ਦੇਖ ਰਹੇ ਸਾਡੇ ਕੋਲ ਆ ਜੀ, ਦੇਖ ਰੇਖ ਦੇਖ ਰੇਖ। ਅੱਛਾ, ਮੈਡਮ ਦੇ ਜਾਂਦੇ ਆ, ਮੈਡਮ ਸਤਵੰਤ ਕੌਰ ਜੀ ਦਾ। ਹਾਂਜੀ, ਦੇਖ ਰਹੇ ਤੁਹਾਡੇ ਕੋਲ ਸਾਨੂੰ ਦੇ ਜਾਂਦੇ ਆ ਬਾਗ ਜਦੋਂ ਕਿਤੇ ਨਹੀਂ ਬੋਲੀ ਹੁੰਦੀ ਨਾ। ਹਾਂਜੀ, ਉਹ ਪਿਆਰ ਨਾਲ ਸਾਨੂੰ। ਅੱਛਾ, ਇਸ ਵਾਰੀ ਬੋਲੀ ਨਹੀਂ ਹੋਈ? ਨਹੀਂ ਨਹੀਂ, ਘੱਟ ਫਲ ਸੀ। ਹਾਂਜੀ ਹਾਂਜੀ ਹਾਂਜੀ, ਘੱਟ ਫਲ ਹੋਣ ਕਰਕੇ ਉਹਨਾਂ ਨੇ ਫਿਰ ਸਾਨੂੰ ਬਾਗ ਦਾ ਜਿਹੜਾ ਸੌਂਪਤਾ ਕਿ ਤੁਸੀਂ ਇਸ ਵਾਰ ਇਹਦੀ ਦੇਖ ਰੇਖ ਕਰੋ। ਠੀਕ ਹੈ, ਹਾਂਜੀ ਹਾਂਜੀ। ਤੇ ਜਿਹੜੀ ਵੱਟਤ ਹੁੰਦੀ ਹੈ? ਇਹ ਵੱਟਤ ਜਿਹੜੀ ਹੈ ਜੀ, ਇਹ ਬਸ ਇੱਦਾਂ ਹੀ ਸਾਡੇ ਕੋਲ ਹੀ ਆ ਫਿਲਹਾਲ ਤਾਂ। ਠੀਕ, ਹਾਂਜੀ ਹਾਂਜੀ, ਬੜੀ ਗੱਲ ਹੈ। ਹਾਂਜੀ ਬਿਲਕੁਲ ਜੀ, ਬਿਲਕੁਲ। ਹਾਂਜੀ, ਇਹ ਬੂਟੇ ਬੜੇ ਬੜੇ ਪੁਰਾਣੇ ਹੈ ਜੀ। ਹਾਂਜੀ ਹਾਂਜੀ, 200-200 ਸਾਲ ਪੁਰਾਣੇ। ਦੂਰ ਦੂਰ ਤੱਕ ਇਨਾਮੀ ਬਾਗ, ਬਸੀ ਉਮਰ ਖਾਂ, ਤਹਿਸੀਲ ਅਤੇ ਜ਼ਿਲ੍ਹਾ ਹੁਸ਼ਿਆਰਪੁਰ। ਹਾਂਜੀ, ਇਨਾਮੀ ਬੂਟੇ ਦਾ ਫਲ ਸਵੇਰੇ ਡਿੱਗਿਆ ਭਾਜੀ ਇੱਕ। ਅੱਛਾ ਜੀ, ਠੀਕ ਹੈ ਜੀ। ਪੰਜਾਬ ਦਾ ਵਿਰਾਸਤੀ ਬਾਗ, ਇਨਾਮੀ ਬਾਗ।
ਅਤੇ ਬਹੁਤ ਸਾਰੇ ਬੂਟੇ ਸੁੱਕ ਗਏ ਹਨ, ਹੁਣ ਘੱਟ ਹੀ ਬੂਟੇ ਰਹਿ ਗਏ ਹਨ। ਵੇਖੋ ਇਹ ਹੋਰ ਕਦ ਤੱਕ ਬਾਗ ਸਾਨੂੰ ਵੇਖਣ ਨੂੰ ਮਿਲੇਗਾ, ਇਸਦਾ ਸਵਾਦ ਸਾਨੂੰ ਵੇਖਣ ਨੂੰ ਮਿਲੇਗਾ। ਮਿਸ਼ਰੀ ਵਰਗਾ ਮਿੱਠਾ ਜੀ ਇਹ, ਠੀਕ ਹੈ। ਹਾਂਜੀ ਹਾਂਜੀ, ਇਹਨੂੰ ਬੰਦਾ ਚੂਪਣ ਲੱਗਾ ਇਹਨੂੰ, ਮੈਂ ਕਹਿੰਦਾ ਤਸੱਲੀ ਨੀ ਜਿੰਨਾ ਚਿਰ ਗਿਟਕਦੀ ਕਹਿੰਦੇ ਹੁੰਦੀ ਉਹਨਾਂ ਚਿਰ ਛੱਡਦਾ ਨੀ ਜੀ ਇਹਨੂੰ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਠੀਕ ਹੈ ਭਾਈ, ਸ਼ੁਕਰੀਆ, ਧੰਨਵਾਦ।